ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਪੰਜਾਬ ਦੀ ਅਗਵਾਈ ਦੇ ਵਿੱਚ ਅਸੀਂ ਜਿੱਤ ਲਈ ਗਏ ਹਾਂ। ਸੋ ਸਾਡੇ ਲਈ ਬੜੀ ਮਾਣ ਦੀ ਗੱਲ ਹੈ। ਔਰ ਜਿਹੜਾ ਪੰਜਾਬ ਕੋਈ ਉੱਡਦਾ ਪੰਜਾਬ ਕਹਿੰਦਾ ਸੀ, ਕੋਈ ਪੰਜਾਬ ਡਿੱਗਦਾ ਪੰਜਾਬ ਕਹਿੰਦਾ ਸੀ, ਅੱਜ ਦੱਸਿਆ ਗਿਆ ਕਿ ਨਹੀਂ, ਇਹ ਉਹ ਪੰਜਾਬ ਹੈ ਜਿਹੜਾ ਸਦੀਆਂ ਤੋਂ ਮੂਹਰੇ ਲੱਗ ਕੇ ਅੱਗੇ ਲੱਗ ਕੇ ਲੋਕਾਈ ਦੀ ਸੇਵਾ ਕਰਦਾ ਆਇਆ। ਕਿੰਨੀ ਕੁ ਚੰਗੀ ਖੁਸ਼ੀ ਹੁੰਦੀ ਹੈ ਤੁਹਾਨੂੰ ਇਹ ਕਿ ਤੁਸੀਂ ਇੱਕ ਪਹਿਲੇ ਐਸੇ ਪੰਜਾਬੀ ਆਰਟਿਸਟ ਹੋ ਜਿਸ ਨੇ ਸਿਨੇਮਾ ਤੱਕ ਕਿਸਾਨੀ ਅੰਦੋਲਨ ਦੀ ਗੱਲ ਪਹੁੰਚਾਉਣ ਦਾ ਇੱਕ ਐਫਰਟ ਕੀਤਾ ਤੇ ਅੱਜ ਉਸ ਦੇ ਵਿੱਚ ਕਾਮਯਾਬ। ਟ੍ਰੇਲਰ ਆਉਣ ਤੋਂ ਇੱਕ ਦਿਨ ਬਾਅਦ ਗੁਰਪੁਰਬ ਵਾਲੇ ਦਿਨ ਇਹ ਜੋ ਸਾਡੀ ਝੋਲੀ ਜਿੱਤ ਪਈ ਹੈ, ਇਹ ਹੋਰ ਸਾਡੇ ਲਈ ਬਹੁਤ ਮਾਣ ਵਾਲੀ ਔਰ ਖੁਸ਼ੀ ਵਾਲੀ ਗੱਲ ਸੀ ਕਿ ਸਾਡਾ ਭਾਵੇਂ ਨਿੱਕਾ ਜਿਹਾ ਸਾਡਾ ਇੱਕ ਯੋਗਦਾਨ ਪਿਆ। ਮੇਰੀ ਯਾਦ ਹੈ ਜਦੋਂ ਅਸੀਂ ਦਿੱਲੀ ਧਰਨੇ ਤੇ ਜਦੋਂ ਮੈਂ ਫਿਲਮ ਸ਼ੁਰੂ ਕਰਨੀ ਸੀ ਤਾਂ ਉੱਥੇ ਵਿਜ਼ਿਟ ਕਰ ਰਿਹਾ ਸੀਗਾ, ਜਦੋਂ ਲੋਕਾਂ ਨੂੰ ਮਿਲ ਰਿਹਾ ਸੀਗਾ, ਸਾਡੇ ਯੋਧਿਆਂ ਨੂੰ ਮਿਲ ਰਿਹਾ ਸੀਗਾ, ਤਾਂ ਉਹ ਗੱਲ ਕਰ ਰਹੇ ਸਨ ਕਿ ਇਹ ਬਹੁਤ ਵਧੀਆ ਐਫਰਟ ਹੈ ਫਿਲਮ ਬਣਾਉਣਾ, ਕਿਉਂਕਿ ਜੋ ਕੰਮ ਕਈ ਵਾਰੀ ਕੋਈ ਹੋਰ ਚੀਜ਼ ਨਾ ਕਰੇ ਉਹ ਫਿਲਮ ਕਰ ਜਾਂਦੀ। ਤੇ ਮੇਰੇ ਹਿਸਾਬ ਨਾਲ ਬਿਨਾਂ ਫੀਮੇਲ ਦੇ ਇਹ ਸਮਾਜ ਪੂਰਾ ਨਹੀਂ ਆ। ਜੇ ਸਮਾਜ ਪੂਰਾ ਨਹੀਂ ਤਾਂ ਫਿਲਮ ਕਿੱਦਾਂ ਪੂਰੀ ਹੋ ਸਕਦੀ ਹੈ? ਸੋ ਬਹੁਤ ਅਹਿਮ ਅੰਗ ਆ, ਈਵਨ ਸ੍ਰਿਸ਼ਟੀ ਉਹਨਾਂ ਦੇ ਦੁਆਲੇ ਘੁੰਮਦੀ ਆ ਮੇਰੇ ਖਿਆਲ 'ਚ, ਤਾਂ ਫਿਲਮ ਕਿਉਂ ਨਹੀਂ? ਮੈਂ ਕੱਲ੍ਹ ਵੇਖ ਰਿਹਾ ਸਾਂ ਅਦਿਤੀ ਦੀ ਉਹਦੇ ਲਾਈਨਾਂ 'ਤੇ ਤਾੜੀਆਂ, ਨਿਮਰਤ ਦੇ ਜਿਹੜੇ ਮੂਮੈਂਟਸ ਨੇ ਉੱਥੇ ਚੀਕਾਂ ਤਾੜੀਆਂ ਰੌਲਾ, ਜਿਵੇਂ ਕਦੇ ਮੰਨ ਲਓ ਅਮਿਤਾਭ ਬੱਚਨ ਦੀ ਐਂਟਰੀ 'ਤੇ, ਧਰਮਿੰਦਰ ਦੀ ਐਂਟਰੀ 'ਤੇ, ਜਾਂ ਜਿਵੇਂ ਉਹ ਕੁੜੀਆਂ ਦੇ ਜਦੋਂ ਉੱਦਾਂ ਤਾੜੀਆਂ ਚੀਕਾਂ ਪੈਂਦੀਆਂ ਤਾਂ ਬਹੁਤ ਮਾਣ ਦੀ ਗੱਲ, ਔਰ ਉਹ ਡਿਜ਼ਰਵ ਕਰਦੀਆਂ, ਦੋਨੋਂ ਨੇ ਬਹੁਤ ਮਿਹਨਤ ਕੀਤੀ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਜੀ ਮੀਡੀਆ ਗਰੁੱਪ। ਜੀ ਮੀਡੀਆ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਐਸੇ ਸ਼ਖਸ ਦੇ ਨਾਲ ਜਿਨ੍ਹਾਂ ਨੂੰ ਭੱਜਣਾ ਪਈਆਂ ਭੱਜਣਾ ਪਈਆਂ ਹੋਈਆਂ ਸੀ ਤੇ ਹੁਣ ਥੋੜੇ ਜਿਹੇ ਰਿਲੈਕਸ ਹੋ ਗਏ। ਭੱਜੋ ਵੀਰੋਵੇ ਦੇ ਵਿੱਚ ਤੁਸੀਂ ਇਹਨਾਂ ਨੂੰ ਬਹੁਤ ਸੋਹਣੀ ਐਕਟਿੰਗ ਕਰਦੇ ਦੇਖਿਆ। ਕਮਾਲ ਦੇ ਅਦਾਕਾਰ ਨੇ ਤੇ ਓਨੇ ਹੀ ਕਮਾਲ ਦੇ ਡਾਇਰੈਕਟਰ ਨੇ। ਸਾਡੇ ਨਾਲ ਜੁੜ ਚੁੱਕੇ ਨੇ ਅਮਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਜੀ? ਬਹੁਤ ਵਧੀਆ ਜੀ, ਕੀ ਹਾਲ, ਤੁਸੀਂ ਕਿਵੇਂ ਹੋ? ਮੈਂ ਤਾਂ ਦੇਖ ਸਕਦੀ ਹਾਂ ਕਿ ਜਿਹੜੀ ਥਕਾਨ ਹੈ ਉਹ ਤੁਹਾਡੇ ਚਿਹਰੇ ਤੇ ਨਜ਼ਰ ਆ ਰਹੀ ਹੈ ਜੀ। ਬਹੁਤ ਪਿਛਲੇ 15 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਮੈਂ 30-35 ਘੰਟੇ ਮਸਾ ਸੁਤਾਉਂਗਾ, ਇੰਨਾ ਜ਼ਿਆਦਾ। ਹਾਂ, ਅੱਜ ਤੇ ਕੱਲ ਲਗਾਤਾਰ ਸੁੱਤੇ ਆ, ਮਤਲਬ ਮੈਂ 12 ਘੰਟੇ 13 ਘੰਟੇ ਸੁਤਾ, ਸੋ ਹੁਣ ਥੋੜੀ ਰਿਲੈਕਸ ਆ ਜੀ। ਹਾਂਜੀ ਬਿਲਕੁਲ। ਤੇ ਇਹ ਜਿਹੜੀਆਂ ਭਾਜਣਾ ਪਈਆਂ ਹੋਈਆਂ ਸੀ ਪਹਿਲੇ ਦੀਆਂ, ਇਹ ਹਾਲੇ ਵੀ ਕੰਟੀਨਿਊ ਹੈ ਕਿ ਥੋੜੀ ਜਿਹੀ ਰਿਲੈਕਸ ਹੋ ਗਈ? ਨਹੀਂ, ਹੁਣ ਥੋੜੀ ਰਿਲੈਕਸ ਆ ਜੀ। ਔਰ ਜਿਸ ਤਰ੍ਹਾਂ ਦੇ ਰਿਵਿਊਜ਼ ਆਏ, ਜਿਸ ਤਰ੍ਹਾਂ ਦਾ ਐਪਰੀਸੀਏਸ਼ਨ ਆਈ ਹੈ, ਰਿਸਪੌਂਸ ਆਇਆ, ਸੋ ਜਿਹੜੀ ਮਿਹਨਤ ਕੀਤੀ ਸੀਗੀ ਇੱਦਾਂ ਲੱਗਦਾ ਕਿ ਜਿਵੇਂ ਸਫਲ ਹੋ ਗਈ ਹੁੰਦੀ ਹੈ। ਬਹੁਤ 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 ਖੁਸ਼ ਹੈ ਜੀ, ਬਹੁਤ ਰਿਲੈਕਸ ਆ ਜੀ। ਅਮਰਦੀਪ ਸਿੰਘ ਜੀ, ਪਹਿਲਾ ਸਵਾਲ ਇਹ ਕਿ ਜਦੋਂ ਕਹਾਣੀ ਦੀ ਗੱਲ ਹੁੰਦੀ ਹੈ ਨਾ, ਤੇ ਇਹ ਅੱਜ ਦੀ ਕਹਾਣੀ ਦੀ ਗੱਲ ਕਰ ਰਹੇ ਹਾਂ, ਅਸੀਂ ਤੀਜੇ ਪੰਜਾਬ ਦੀ ਗੱਲ ਕਰ ਰਹੇ ਹਾਂ, ਕਿਸਾਨੀ ਅੰਦੋਲਨ ਦੀ ਗੱਲ ਕਰ ਰਹੇ ਹਾਂ, ਇਹਨੂੰ ਸਿਨੇਮਾ ਘਰਾਂ ਦੇ ਵਿੱਚ ਦਰਸਾਇਆ ਗਿਆ, ਇਸ ਫਿਲਮ ਦੀ ਕਹਾਣੀ ਤੁਸੀਂ ਪਹਿਲਾਂ ਤੋਂ ਲਿਖ ਰਹੇ ਸੀਗੇ, ਉਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਚੱਲਦੇ ਤੁਸੀਂ ਇਹਦੇ ਵਿੱਚ ਐਡੀਸ਼ਨਸ ਕੀਤੀਆਂ, ਜਾਂ ਫਿਰ ਫੁੱਲ ਫਲੈਜਡ ਜਿਹੜੀ ਕਹਾਣੀ ਹੈ ਕਿਸਾਨੀ ਅੰਦੋਲਨ ਦੇ ਚੱਲਦੇ ਚੱਲਦੇ ਤੁਸੀਂ ਲਿਖੀ ਹੈ? ਨਹੀਂ, ਥੋੜਾ ਆਈਡੀਆ ਜਿਵੇਂ ਬੰਦੇ ਕੋਲ, ਹਰ ਬੰਦੇ ਕੋਲ ਕੁਝ ਕਹਾਣੀਆਂ ਦੇ ਆਈਡੀਆਜ਼ ਹੁੰਦੇ ਆ, ਹਨਾ। ਮੇਰੇ ਕੋਲ ਇੱਕ ਆਈਡੀਆ ਸੀਗਾ ਕਿ ਮੈਂ ਜ਼ਮੀਨ ਤੇ ਕੋਈ ਚੀਜ਼ ਕਰਨੀ ਚਾਹੁੰਦਾ ਸੀਗਾ, ਉਹਦੇ ਮੇਰੇ ਕੋਲ ਕੁਝ ਚੀਜ਼ਾਂ ਸੀਗੀਆਂ ਜੀ। ਪਰ ਜਦੋਂ ਧਰਨਾ ਆਇਆ, ਜਦੋਂ ਤੇ ਮੈਂ ਉੱਥੇ ਵਿਜ਼ਿਟ ਕੀਤਾ, ਤਾਂ ਮੈਨੂੰ ਲੱਗਿਆ ਕਿ ਇਹ ਮੈਨੂੰ ਬਣਾਉਣਾ ਚਾਹੀਦਾ, ਇਹਦੇ ਦੁਆਲੇ ਕੋਈ ਕਹਾਣੀ ਬੁਣਨੀ ਚਾਹੀਦੀ ਹੈ। ਸੋ ਕਿਉਂਕਿ ਇਹ ਜਿਹੀਆਂ ਚੀਜ਼ਾਂ ਰੋਜ਼ ਨਹੀਂ ਹੁੰਦੀਆਂ, ਇਹ ਸਦੀਆਂ 'ਚ ਇੱਕ ਵਾਰੀ ਹੁੰਦਾ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਪੰਜਾਬ ਦੀ ਅਗਵਾਈ ਦੇ ਵਿੱਚ ਅਸੀਂ ਜਿੱਤ ਲਈ ਗਏ ਹਾਂ, ਸੋ ਸਾਡੇ ਲਈ ਬੜੀ ਮਾਣ ਦੀ ਗੱਲ ਹੈ। ਔਰ ਜਿਹੜਾ ਪੰਜਾਬ ਕੋਈ ਉੱਡਦਾ ਪੰਜਾਬ ਕਹਿੰਦਾ ਸੀ, ਕੋਈ ਪੰਜਾਬ ਡਿੱਗਦਾ ਪੰਜਾਬ ਕਹਿੰਦਾ ਸੀ, ਅੱਜ ਦੱਸਿਆ ਗਿਆ ਕਿ ਨਹੀਂ, ਇਹ ਉਹ ਪੰਜਾਬ ਹੈ ਜਿਹੜਾ ਸਦੀਆਂ ਤੋਂ ਮੂਹਰੇ ਲੱਗ ਕੇ ਅੱਗੇ ਲੱਗ ਕੇ ਲੋਕਾਈ ਦੀ ਸੇਵਾ ਕਰਦਾ ਆਇਆ। ਅੱਜ ਫਿਰ ਇੱਕ ਵਾਰ ਸਾਬਤ ਕੀਤਾ ਪੰਜਾਬ ਨੇ, ਔਰ ਸਾਡੇ ਅੰਦਰ ਜਿਹੜੇ ਜਜ਼ਬੇ ਆ, ਸਾਡੇ ਆਉਣ ਵਾਲੀ ਪੀੜ੍ਹੀ ਨੂੰ ਫਿਰ ਛਾਤੀਆਂ ਚੌੜੀਆਂ ਕਰਕੇ ਤੇ ਸਿਰ ਚੁੱਕਣ ਲਈ, ਸਿਰ ਚੁੱਕ ਕੇ ਤੁਰਨਾ ਸਿਖਾਇਆ। ਮੈਨੂੰ ਲੱਗਦਾ ਕਿ ਹੋਰ ਆਉਣ ਵਾਲੀ ਸਦੀਆਂ ਲਈ ਬਹੁਤ ਲਾਜ਼ਮੀ ਹੈ, ਬਹੁਤ ਵਧੀਆ ਗੱਲ ਹੋਈ। ਬਿਲਕੁਲ ਜੀ, ਈਵਨ ਜਿੱਤ ਪ੍ਰਾਪਤ ਕਰਨ ਦੇ ਲਈ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਆ, ਕਿਉਂਕਿ ਸਾਡੇ ਸਿਨੇਮਾ ਦਾ ਵੀ ਇੱਕ ਬੜਾ ਵੱਡਾ ਰੋਲ ਰਿਹਾ ਇਹਦੇ ਵਿੱਚ, ਸਾਡੇ ਪੰਜਾਬੀ ਆਰਟਿਸਟ ਦਾ ਬੜਾ ਵੱਡਾ ਰੋਲ ਰਿਹਾ। ਕਿੰਨੀ ਕੁ ਚੰਗੀ ਖੁਸ਼ੀ ਹੁੰਦੀ ਹੈ ਤੁਹਾਨੂੰ ਇਹ ਕਿ ਤੁਸੀਂ ਇੱਕ ਪਹਿਲੇ ਐਸੇ ਪੰਜਾਬੀ ਆਰਟਿਸਟ ਹੋ ਜਿਸ ਨੇ ਸਿਨੇਮਾ ਤੱਕ ਕਿਸਾਨੀ ਅੰਦੋਲਨ ਦੀ ਗੱਲ ਪਹੁੰਚਾਉਣ ਦਾ ਇੱਕ ਐਫਰਟ ਕੀਤਾ ਤੇ ਅੱਜ ਉਸ ਦੇ ਵਿੱਚ ਕਾਮਯਾਬ ਹੋ? ਜੀ, ਮੈਂ ਬਹੁਤ ਖੁਸ਼ ਨਸੀਬਾਂ, ਸਾਡੀ ਸਾਰੀ ਟੀਮ ਬਹੁਤ ਖੁਸ਼ ਨਸੀਬ, ਔਰ ਵਧੀਆ ਗੱਲ ਇਹ ਹੈ ਕਿ ਅੱਜ ਅਸੀਂ ਜਿੱਤ ਚੁੱਕੇ ਹਾਂ, ਸੋ ਇਹ ਕੋਸ਼ਿਸ਼ ਹੋਰ ਸਾਰਥਕ ਸਾਬਤ ਹੋ ਜਾਂਦੀ ਹੈ। ਔਰ ਟ੍ਰੇਲਰ ਆਉਣ ਤੋਂ ਇੱਕ ਦਿਨ ਬਾਅਦ ਗੁਰਪੁਰਬ ਵਾਲੇ ਦਿਨ ਇਹ ਜੋ ਸਾਡੀ ਝੋਲੀ ਜਿੱਤ ਪਈ ਹੈ, ਇਹ ਹੋਰ ਸਾਡੇ ਲਈ ਬਹੁਤ ਮਾਣ ਵਾਲੀ ਔਰ ਖੁਸ਼ੀ ਵਾਲੀ ਗੱਲ ਸੀ ਕਿ ਸਾਡਾ ਭਾਵੇਂ ਨਿੱਕਾ ਜਿਹਾ ਸਾਡਾ ਇੱਕ ਯੋਗਦਾਨ ਪਿਆ। ਮੈਂ ਨਹੀਂ ਕਹਿੰਦਾ ਕਿ ਟ੍ਰੇਲਰ ਵੇਖ ਕੇ ਉਹਨਾਂ ਨੇ ਰੱਦ ਕੀਤੀ ਹੈ,
ਪਰ ਇੱਕ ਜਿਵੇਂ ਅਸੀਂ ਕਹਿ ਸਕਦੇ ਹਾਂ ਵੀ ਰੱਦ ਹੋਣ ਤੋਂ ਪਹਿਲਾਂ ਪਹਿਲਾਂ ਸਾਡਾ ਇੱਕ ਟ੍ਰੇਲਰ ਆ ਗਿਆ ਸੀਗਾ ਕਿਉਂਕਿ ਹਰ ਬੰਦਾ ਆਪਣੇ 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 ਲੈਵਲ ਤੇ ਯੋਗਦਾਨ ਪਾ ਰਿਹਾ ਸੀਗਾ ਕੋਈ ਲਿਖ ਕੇ ਪਾ ਰਿਹਾ ਸੀ ਕੋਈ ਗਾ ਕੇ ਪਾ ਰਿਹਾ ਸੀ ਕੋਈ ਇੰਟੋਨੇਸ਼ਨ ਨਾਲ ਪਾ ਰਿਹਾ ਸੀ ਕੋਈ ਜਜ਼ਬਿਆਂ ਨਾਲ ਪਾ ਰਿਹਾ ਸੀਗਾ ਕੋਈ ਸਿਆਣਪ ਨਾਲ ਪਾ ਰਿਹਾ ਸੀਗਾ ਸੋ ਸਾਡੇ ਤੇ ਵੀ ਇੱਕ ਜ਼ਿੰਮੇਵਾਰੀ ਸੀਗੀ ਮੈਨੂੰ ਲੱਗਦਾ ਇਸ ਸਿਨੇਮਾ ਕਿਉਂਕਿ ਅਸੀਂ ਸਿਨੇਮੇ ਵਾਲੇ ਬੰਦੇ ਹਾਂ ਸਾਡੇ ਕੋਲ ਇੱਕ ਮੀਡੀਅਮ ਹੈ ਬਹੁਤ ਸਟਰੋਂਗ ਮੀਡੀਅਮ ਹੈ ਜੀ ਔਰ ਮੇਰੀ ਯਾਦ ਹੈ ਜਦੋਂ ਅਸੀਂ ਦਿੱਲੀ ਧਰਨੇ ਤੇ ਜਦੋਂ ਮੈਂ ਫਿਲਮ ਸ਼ੁਰੂ ਕਰਨੀ ਸੀ ਤਾਂ ਉੱਥੇ ਵਿਜ਼ਿਟ ਕਰ ਰਿਹਾ ਸੀਗਾ ਜਦੋਂ ਲੋਕਾਂ ਨੂੰ ਮਿਲ ਰਿਹਾ ਸੀਗਾ ਸਾਡੇ ਯੋਧਿਆਂ ਨੂੰ ਮਿਲ ਰਿਹਾ ਸੀਗਾ ਤਾਂ ਉਹ ਗੱਲ ਕਰ ਰਹੇ ਸਨ ਕਿ ਇਹ ਬਹੁਤ ਵਧੀਆ ਐਫਰਟ ਹੈ ਫਿਲਮ ਬਣਾਉਣਾ ਕਿਉਂਕਿ ਜੋ ਕੰਮ ਕਈ ਵਾਰੀ ਕੋਈ ਹੋਰ ਚੀਜ਼ ਨਾ ਕਰੇ ਉਹ ਫਿਲਮ ਕਰ ਜਾਂਦੀ ਹੈ ਤਾਂ ਮੈਨੂੰ ਬੜੀ ਖੁਸ਼ੀ ਹੋਈ ਸੀ ਕਿ ਉਹ ਇੰਨੀ ਸਿਆਣੀ ਗੱਲ ਇੰਨੇ ਇਸ ਮੀਡੀਅਮ ਨੂੰ ਲੈ ਕੇ ਇੰਨੇ ਸੁਚੇਤ ਨੇ ਔਰ ਇੰਨਾ ਜਾਣਦੇ ਨੇ ਇੰਨਾ ਇਹਨਾਂ ਨੂੰ ਪਤਾ ਕਿ ਇਹ ਮੀਡੀਅਮ ਕਿੰਨਾ ਕਿੰਨਾ ਪਾਵਰਫੁਲ ਹੈ ਜੀ ਬਿਲਕੁਲ ਅਮਰਦੀਪ ਸਿੰਘ ਜੀ ਟ੍ਰੇਲਰ ਦੀ ਗੱਲ ਕਰੀਏ ਟ੍ਰੇਲਰ ਦੇ ਵਿੱਚ ਤੁਸੀਂ ਇੱਕ ਬੜੀ ਤਸ਼ੱਦਦ ਕਰਦੇ ਹੋਏ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਹੋ ਉਹ ਗੱਲ ਤੁਹਾਡੀ ਮੰਨੀ ਜਾਂਦੀ ਹੈ ਕਿ ਨਹੀਂ ਕਿਸ ਤਰ੍ਹਾਂ ਬਾਪੂ ਤੇਰੀ ਤੇ ਸੁਣਦਾ ਕੋਈ ਨਹੀਂ ਤੇਰੇ ਮਗਰ ਕੋਈ ਨਹੀਂ ਆਉਂਦਾ ਨਹੀਂ ਕੋਈ ਸੁਣਦਾ ਜੀ ਫਿਲਮ ਦੇ ਵਿੱਚ ਬਹੁਤ ਕੁਛ ਬਹੁਤ ਉਤਰਾਅ ਚੜਾਅ ਨੇ ਬਹੁਤ ਟਰਨ ਟਵਿਸਟ ਨੇ ਸੋ ਕਦੇ ਕੁਝ ਹੁੰਦਾ ਕਦੇ ਕੁਝ ਹੁੰਦਾ ਬਟ ਡੈਫੀਨੇਟਲੀ ਮੇਰੀ ਨਾ ਸੁਣੀ ਜਾਵੇ ਬੇਸ਼ੱਕ ਨਾ ਸੁਣੀ ਜਾਵੇ ਹੋਰ ਬੜੇ ਸਾਡੇ ਯੋਧਿਆਂ ਦੀ ਸੁਣੀ ਗਈ ਹੈ ਔਰ ਫਿਲਮ ਦੇ ਵਿੱਚ ਵੀ ਬੜੇ ਕਿਰਦਾਰ ਨੇ ਜਿਨ੍ਹਾਂ ਦੀ ਸੁਣੀ ਜਾਂਦੀ ਹੈ ਤਾਂ ਖੁਸ਼ੀ ਹੁੰਦੀ ਹੈ ਔਰ ਜਦੋਂ ਅੱਜ ਰਿਸਪੋਂਸ ਹੁੰਦਾ ਜਦੋਂ ਇੱਕ ਇੱਕ ਅੱਜ ਮੂਮੈਂਟ ਸ਼ੇਅਰ ਕਰਦੇ ਆ ਲੋਕ ਤੇ ਕਿਤੇ ਤਾੜੀਆਂ ਕਿਤੇ ਹੂਕਾਂ ਕਿਤੇ ਚੀਕਾਂ ਕਿਤੇ ਹਨਾ ਹਾਸੇ ਸੋ ਜਿਸ ਤਰ੍ਹਾਂ ਬੰਦਾ ਸੋਚਦਾ ਉਦਾਂ ਸਾਹਮਣੇ ਰਿਸਪੋਂਸ ਵੇਖ ਕੇ ਖੁਸ਼ੀ ਹੁੰਦੀ ਆ ਜੀ ਹਾਂਜੀ ਜੀ ਬਿਲਕੁਲ ਨਿਮਰਤ ਖਹਿਰਾ ਜੀ ਦੀ ਗੱਲ ਕਰੀਏ ਤੇ ਈਵਨ ਉਹਨਾਂ ਨਾਲ ਆਦਿਤੀ ਸ਼ਰਮਾ ਦੀ ਗੱਲ ਕਰੀਏ ਤੇ ਪਹਿਲਾਂ ਅਮਰਦੀਪ ਸਿੰਘ ਜੀ ਸਿਨੇਮਾ ਚ ਇੱਦਾਂ ਹੁੰਦਾ ਸੀ ਖਾਸ ਕਰਕੇ ਪੰਜਾਬੀ ਸਿਨੇਮਾ ਚ ਕਿਹਾ ਜਾਂਦਾ ਸੀਗਾ ਤੇ ਸਿਰਫ ਫੀਮੇਲ ਆਰਟਿਸਟ ਨੂੰ ਥੋੜਾ ਜਿਹਾ ਹੀ ਸਕਰੀਨ ਪਲੇ ਦਿੱਤਾ ਜਾਂਦਾ ਹੈ ਥੋੜੀ ਜਿਹੀ ਸਕਰੀਨ ਪ੍ਰੈਜੈਂਸ ਦਿੱਤੀ ਜਾਂਦੀ ਹੈ ਬਟ ਤੁਸੀਂ ਜਿਹੜੀ ਵੀ ਕਹਾਣੀ ਲਿਖੀ ਹੈ ਅੱਜ ਤੱਕ ਜਾਂ ਹੁਣ ਜੋ ਤੁਸੀਂ ਕਰਕੇ ਦਿਖਾਇਆ ਨਿਮਰਤ ਖਹਿਰਾ ਤੋਂ ਇੱਕ ਕਮਾਲ ਦੀ ਅਦਾਕਾਰਾ ਸਾਹਮਣੇ ਲੈ ਕੇ ਆਉਣਾ ਆਦਿਤੀ ਸ਼ਰਮਾ ਤੋਂ ਕਮਾਲ ਦੇ ਡਾਇਲੋਗਸ ਬੁਲਵਾਉਣਾ ਉਹਨਾਂ ਦਾ ਇੱਕ ਸਿਗਰਟ ਪੀਣ ਵਾਲਾ ਜਿਹੜਾ ਸੀਨ ਅਸੀਂ ਦੇਖ ਕੇ ਉਸਨੂੰ ਵੀ ਦੇਖ ਰਹੇ ਹਾਂ ਸੋ ਇਸ ਚੀਜ਼ ਦੇ ਲਈ ਇੱਕ ਲੇਖਕ ਨੂੰ ਕਿੰਨੀ ਮਿਹਨਤ ਦੀ ਲੋੜ ਪੈਂਦੀ ਹੈ ਕਿ ਅੱਜ ਫੀਮੇਲ ਓਰੀਐਂਟਿਡ ਸਬਜੈਕਟ ਨੂੰ ਅੱਗੇ ਰੱਖਦੇ ਹੋਏ ਪੰਜਾਬੀ ਸਿਨੇਮਾ ਕੰਮ ਕਰ ਰਿਹਾ ਜੀ ਬਿਲਕੁਲ ਮੇਰੇ ਲਈ ਮੈਂ ਕਦੇ ਵੀ ਨਾ ਕਿਸੇ ਫਿਲਮ ਨੂੰ ਵੇਖ ਕੇ ਪ੍ਰਭਾਵਿਤ ਨਹੀਂ ਹੁੰਦਾ ਜਾਂ ਮੇਰੇ ਆਸੇ ਪਾਸੇ ਕੀ ਬਣ ਰਿਹਾ ਕੌਣ ਕਿੱਦਾਂ ਕਹਿ ਰਿਹਾ ਮੈਨੂੰ ਇਸ ਨਾਲ ਕਦੇ ਵੀ ਕੋਈ ਫਰਕ ਨਹੀਂ ਪੈਂਦਾ ਮੈਂ ਮੈਨੂੰ ਕਿਸ ਚੀਜ਼ ਨਾਲ ਮਤਲਬ ਹੈ ਮਤਲਬ ਮੈਂ ਕਿਸ ਚੀਜ਼ ਨੂੰ ਸੋਚਦਾ ਮੇਰੇ ਲਈ ਉਹੀ ਮਾਇਨੇ ਰੱਖਦਾ ਤੇ ਮੇਰੇ ਹਿਸਾਬ ਨਾਲ ਬਿਨਾਂ ਫੀਮੇਲ ਦੇ ਇਹ ਸਮਾਜ ਪੂਰਾ ਨਹੀਂ ਆ ਜੇ ਸਮਾਜ ਪੂਰਾ ਨਹੀਂ ਤਾਂ ਫਿਲਮ ਕਿੱਦਾਂ ਪੂਰੀ ਹੋ ਸਕਦੀ ਹੈ ਸੋ ਬਹੁਤ ਅਹਿਮ ਅੰਗ ਆ ਈਵਨ ਸ੍ਰਿਸ਼ਟੀ ਉਹਨਾਂ ਦੇ ਦੁਆਲੇ ਘੁੰਮਦੀ ਆ ਮੇਰੇ ਖਿਆਲ 'ਚ ਤਾਂ ਫਿਲਮ ਕਿਉਂ ਨਹੀਂ ਕਿਉਂਕਿ ਹਰਿਆਣਵੀ ਕਿਰਦਾਰ ਹੈ ਉਹਨਾਂ ਦੀ ਮਦਰ ਦਾ ਜਾਣੀ ਸੱਸ ਦਾ ਰੋਲ ਕੀਤਾ ਭੰਗੂ ਮੈਮ ਨੇ ਉਹ ਪੀਂਦੀ ਆ ਹਾਂਜੀ ਤੇ ਪਰ ਨਿਮਰਤ ਔਰ ਅਦਿਤੀ ਦੋਨਾਂ ਨੇ ਬਹੁਤ ਬਾਕਮਾਲ ਕੰਮ ਕੀਤਾ ਜੀ ਮੈਂ ਕੱਲ ਵੇਖ ਰਿਹਾ ਸਾਂ ਅਦਿਤੀ ਦੀ ਇਹਦੇ ਲਾਈਨਾਂ ਤੇ ਤਾੜੀਆਂ ਨਿਮਰਤ ਦੇ ਜਿਹੜੇ ਮੂਮੈਂਟਸ ਨੇ ਉੱਥੇ ਚੀਕਾਂ ਤਾੜੀਆਂ ਰੌਲਾ ਜਿਵੇਂ ਕਦੇ ਮੰਨ ਲਓ ਅਮਿਤਾਭ ਬੱਚਨ ਦੀ ਐਂਟਰੀ ਤੇ ਧਰਮਿੰਦਰ ਦੀ ਐਂਟਰੀ ਤੇ ਜਾਂ ਜਿਵੇਂ ਕੁੜੀਆਂ ਦੇ ਜਦੋਂ ਉਦਾਂ ਤਾੜੀਆਂ ਚੀਕਾਂ ਪੈਂਦੀਆਂ ਤੇ ਬਹੁਤ ਮਾਣ ਦੀ ਗੱਲ ਔਰ ਉਹ ਡਿਜ਼ਰਵ ਕਰਦੀਆਂ ਦੋਨੋਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਨਿਮਰਤ ਨੇ ਤੇ 40-50 ਦਿਨ ਉਹ ਸੈੱਟ ਤੇ ਔਰ ਬਿਨਾਂ ਮੇਕਅਪ ਦੇ ਜਾਣੀ ਇਹ ਵੀ ਬੜੀ ਵੱਡੀ ਗੱਲ ਸੀਗੀ ਮਤਲਬ ਓਦਾਂ ਵੱਡੀ ਗੱਲ ਹੈ ਖੈਰ ਆਰਟਿਸਟ ਲਈ ਇੰਨੀ ਵੱਡੀ ਗੱਲ ਨਹੀਂ ਜੇ ਕੋਈ ਬੰਦਾ ਸਮਝਦਾ ਹੋਵੇ ਕਿ ਮੇਕਅਪ ਇੰਨਾ ਜ਼ਰੂਰੀ ਨਹੀਂ ਹੁੰਦਾ ਹਨਾ ਲੋਕ ਕਿਰਦਾਰ ਨੂੰ ਪਿਆਰ ਕਰਦੇ ਬਿਲਕੁਲ ਸਹੀ ਅਮਰਦੀਪ ਸਿੰਘ ਜੀ ਜ਼ਿਆਦਾ ਸਮਾਂ ਤੁਹਾਡਾ ਨਾਂ ਲੈਂਦੇ ਹੋਏ ਇੱਕ ਆਖਰੀ ਸਵਾਲ ਜਾਂ ਸੈਕਿੰਡ ਲਾਸਟ ਕੁਐਸਚਨ ਸਿਰਫ ਇਹਨਾਂ ਕਿ ਜਦੋਂ ਟ੍ਰੇਲਰ ਦੇਖਿਆ ਨਾ ਤਾਂ ਨਿਮਰਤ ਖਹਿਰਾ ਦਾ ਇਹ ਰੂਪ ਦੇਖ ਕੇ ਇੱਕ ਵਾਰੀ ਹੈਰਾਨਗੀ ਹੋ ਗਈ ਤੇ ਇਕਦਮ ਮੈਦਾਂ ਚੌਂਕ ਗਏ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ ਜਦੋਂ ਸੈੱਟ ਦੇ ਉੱਤੇ ਨਿਮਰਤ ਖਹਿਰਾ ਨੇ ਕੋਈ ਡਾਇਲੋਗ ਬੋਲਿਆ ਤੇ ਤੁਹਾਡਾ ਰਿਐਕਸ਼ਨ ਕੀ ਸੀਗਾ ਉਸ ਦੇ ਉੱਤੇ ਜੀ ਬਿਲਕੁਲ ਥੋੜਾ ਜਿਹਾ ਮੈਂ ਵੀ ਹੈਰਾਨ ਸੀਗਾ ਕਿ ਮਤਲਬ ਇੱਕ ਬੰਦਾ ਸੋਚਦਾ ਹੈ ਕਿ ਹਾਲਾਂਕਿ ਅਸੀਂ ਪਹਿਲਾਂ ਫਿਲਮ ਜੋੜੀ ਤੇ ਸੌਂਕਣ ਚ ਕਰ ਚੁੱਕੇ ਸਾਂ ਸੌਂਕਣ ਚ ਮੈਂ ਉਹਦਾ ਰੂਪ ਵੇਖ ਚੁੱਕਿਆ ਸਾਂ ਪਰ ਜਦੋਂ ਇੱਥੇ ਉਹ ਇੰਨੇ ਬਲੀਵੇਬਲ ਤਰੀਕੇ ਨਾਲ ਡਾਇਲੋਗ ਡਿਲੀਵਰੀ ਸੀ ਜਿਹੜੀ ਨਿਮਰਤ ਦੀ ਉਹ ਬੜੀ ਬੜੀ ਮਾਣ ਵਾਲੀ ਗੱਲ ਸੀ ਮੇਰੇ ਲਈ ਕਿਉਂਕਿ ਮੈਂ ਤੇ ਮੇਰੇ ਲਈ ਤੇ ਸਾਰੇ ਕਿਰਦਾਰ ਹੀ ਮੇਰੇ ਤੇ ਫੇਵਰੇਟ ਆ ਜੇ ਮੇਰੇ ਕਿਰਦਾਰ ਨੂੰ ਕੋਈ ਚੀਜ਼ ਕੋਈ ਬੰਦਾ ਓਨੀ ਸ਼ਿੱਦਤ ਨਾਲ ਨਿਭਾਉਂਦਾ ਔਰ ਉਸ ਤੋਂ ਬੈਟਰ ਕਰਨ ਦੀ ਕੋਸ਼ਿਸ਼ ਕਰਦਾ ਮੇਰੇ ਲਈ ਇਸ ਤੋਂ ਵਧੀਆ ਖੁਸ਼ੀ ਦੀ ਗੱਲ ਨਹੀਂ ਹੈ ਮੇਰੇ ਲਈ ਤਾਂ ਬਹੁਤ ਮਾਣ ਦੀ ਗੱਲ ਆ ਕਿ ਮੇਰਾ ਉਹ ਮੋਹਣੀ ਵਾਲਾ ਕਿਰਦਾਰ ਉਹ ਨਿਮਰਤ ਨੇ ਇੰਨੇ ਪਾਵਰਫੁਲ ਤਰੀਕੇ ਨਾਲ ਕੀਤਾ ਕਿ ਅੱਜ
हर बंदा उस किरदार की गल कर रहा है। निमरत खैरा जी बहुत सॉफ्ट स्पोकन बहुत ही साओ इमेज उदा वेख्या जाता है, उदा सरप्राइज करना साढ़े लिए बहुत वधिया गल है। और कुड़िया इदा जो आर्टिस्ट काम कर दिया तो मेरे ख्याल नवी होर आर्टिस्ट कुड़िया उन्होंने पेरेंट्स को हौसला होंगे कि नहीं कुड़िया लिए वधिया रोल भी इंडस्ट्री है। बिल्कुल सही अमरदीप सिंह जी, थैंक यू सो मच, बहुत वधिया लगता है हमेशा थोड़े नाल गल करके, गल्लां बहुत ने पर समा थोड़ा है। पर एक गल जरूर कहना चाहवांगी कि यह हौसला बहुत घट लोगों च, आर्टिस्ट तो एक जॉब है पर बहुत घट लोगों च हुंदा है कि आपदे आप नूं पिछे रख के अपने काम दे नाल अपने टैलेंट दे नाल नालदियां नूं अगे लैके तुरना। तो तुहाडा जिहड़ा इह जज्बा है कि तुसीं नालदियां नूं अगे लैके तुरदे हो, तुसीं एक सपोर्ट सिस्टम दे तरह तुरदे हो ते इंडस्ट्री नूं अगे लैके जाना चाहुंदे हो, बहुत बहुत धन्यवाद तुहाडा। असीं उम्मीद करदे हां कि पंजाबी सिनेमा दी जिहड़ी तुसीं सानूं चंगी सैर करा रहे हो इस नूं इसे तरीके नाल कंटिन्यू रखोगे। धन्यवाद जी, बहुत बहुत डेफिनेटली जी, मेरे लिए तो सब तो इंपॉर्टेंट फिल्म हुंदी है और वो फिल्म लई एक एक इट कह लो एक एक चीज बहुत मायने रखती है, चाहे वह आर्टिस्ट हो चाहे वह सैट हो लोकेशन हो फिल्म का म्यूजिक हो, सो हर चीज कोशिश होंगी भी वधिया हो ही लोग इंजॉय कर। और मेरा यह भी मानना है कि पंजाबी सिनेमा मेरे लिए बहुत मैं कि जिदा वर्ल्ड सिनेमा अच्छी सिनेमे की शिरकत होनी वो गल होनी बहुत लाजमी है, असं चाहते हैं कि असं कितने ना कि कर पाइए। बिल्कुल जी, थैंक यू सो मच जी, तीजे पंजाब के लिए ऑल द वेरी बेस्ट टू यू। तो जड़िया ताड़िया ने हूटिंग ने यह सिनेमा घर वजती रहे, मैं कहनी बहुत सारे हफ्तों के लिए वजती रहे, तो यह तीजा पंजाब छंद रहे सारे साइड। थैंक यू सर, साढ़े वालों योध्या ताड़ियाँ उन्होंने हुक चीकों कूकों, सो सानू भी जिन्ना प्यार मिले वो बहुत बहुत थैंक यू सो मच। थैंक यू सो मच अमरदीप सिंह जी, थैंक यू। तुम सुन चुके हो इन्हां दी गल्लां, जो फिल्म देख के आओ वो तुहानू किवें दी लगी ये सानू कमेंट करके जरूर दसना। देखते रहो जी मीडिया ग्रुप, सत श्री अकाल। सत श्री अकाल दोस्तों, मैं थोड़ा अपना सुखशिंदर शिंदा, तुसी देख रहे हो जी मीडिया ग्रुप। For all the latest updates, please subscribe G Media Group and press the bell icon.